ਲੁਧਿਆਣਾ ਦੇ ਟਿੱਬਾ ਰੋਡ ਤੇ ਉਸ ਵੇਲੇ ਭਗਦੜ ਮੱਚ ਗਈ ਜਦ ਇੱਕ ਬਲੈਰੋ ਗੱਡੀ ਮੋਟਰਸਾਈਕਲ ਐਕਟਿਵਾ ਸਵਾਰ ਲੋਕਾਂ ਨੂੰ ਕੁਚਲਦੇ ਹੋਏ ਕਾਫੀ ਦੂਰ ਨਿਕਲ ਗਈ। ਉੱਥੇ ਹੀ ਗੁੱਸਾਏ ਲੋਕਾਂ ਨੇ ਬਲੈਰੋ ਗੱਡੀ ਦਾ ਪਿੱਛਾ ਕੀਤਾ ਅਤੇ ਇੱਟਾਂ ਪੱਥਰਾਂ ਅਤੇ ਬੇਸਬਾਲ ਨਾਲ ਗੱਡੀ ਦੇ ਸ਼ੀਸ਼ੇ ਲਾਈਟ ਅਤੇ ਦਰਵਾਜ਼ੇ ਤੋੜਨੇ ਸ਼ੁਰੂ ਕਰ ਦਿੱਤੇ। ਮਿਲੀ ਜਾਣਕਾਰੀ ਮੁਤਾਬਕ ਗੱਡੀ ਚੰਡੀਗੜ੍ਹ ਨੰਬਰ ਦੀ ਸੀ ਜਿਸ ਨੂੰ ਡਰਾਈਵਰ ਆਪਣੇ ਪਰਿਵਾਰ ਸਮੇਤ ਚਲਾ ਰਿਹਾ ਸੀ ਜੋ ਟਿੱਬਾ ਰੋਡ ਗੋਪਾਲ ਨਗਰ ਦਾ ਰਹਿਣ ਵਾਲਾ ਹੈ। ਡਰਾਈਵਰ ਨਸ਼ੇ 'ਚ ਸੀ ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਤੇ ਲੋਕਾਂ ਨੂੰ ਕੁਚਲਦਿਆਂ ਹੋਇਆ ਚਲੀ ਗਈ। ਲੋਕਾਂ ਨੇ ਡਰਾਈਵਰ ਦੀ ਜੰਮ ਕੇ ਧੁਲਾਈ ਕੀਤੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਜਦ ਥਾਣਾ ਪੁਲਿਸ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਜ਼ਖਮੀਆਂ ਵਿੱਚੋਂ ਅਜੇ ਤੱਕ ਕੋਈ ਵੀ ਮਾਮਲਾ ਦਰਜ ਕਰਵਾਉਣ ਨਹੀਂ ਆਇਆ। ਜਿਵੇਂ ਹੀ ਕੋਈ ਲਿਖਤ ਸ਼ਿਕਾਇਤ ਕਰੇਗਾ ਬਣਦੀ ਕਾਰਵਾਈ ਕੀਤੀ ਜਾਵੇਗੀ। ਟਿੱਬਾ ਰੋਡ ਤੋਂ ਗੋਪਾਲ ਨਗਰ ਵੱਲ ਆ ਰਿਹਾ ਸੀ, ਆਕਾਸ਼ ਦੀ ਡਰਾਈਵਰ ਸੀ, ਬਲੈਰੋ ਗੱਡੀ ਚਲਾ ਰਿਹਾ ਸੀ ਤੇ ਉੱਥੇ ਗੋਪਾਲ ਚੌਂਕ ਦੇ ਪਿੱਛੇ ਥੋੜਾ ਰਸ਼ ਹੋਣ ਕਰਕੇ ਬ੍ਰੇਕ ਨਾ ਲੱਗਣ ਕਰਕੇ ਇਹ ਦੋ ਇੱਕ ਐਕਟਿਵਾ ਤੇ ਮੋਟਰਸਾਈਕਲ ਚੜ ਗਈ ਤੇ ਉੱਥੇ ਰੁਕ ਗਈ। ਇਹਦੇ ਨਾਲ ਪਰਿਵਾਰ ਨਾਲ ਹੀ ਸੀਗਾ ਤੇ ਰਾਤ ਹੀ ਗੱਡੀ ਬਲੈਰੋ ਕਬਜ਼ੇ 'ਚ ਲੈ ਲਈ ਸੀ ਤੇ ਮੋਟਰਸਾਈਕਲ ਵੀ ਇੱਥੇ ਲਿਆਂਦੇ ਸੀ। ਹੁਣ ਜਿਹਨਾਂ ਦਾ ਪਰਿਵਾਰ ਬੁਲਾਏ ਗਏ ਆ, ਤਫਤੀਸ਼ ਜਾਰੀ ਆ, ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇ। ਸਰ ਬਲੈਰੋ ਨਾਲ ਤੋੜ ਫੋੜ ਵੀ ਹੋਈ ਆ? ਉਹ ਤੋੜ ਫੋੜ ਕੀਤੀ ਹੋਈ ਆ। ਕੋਈ ਕੰਪਲੇਟਡ ਨਹੀਂ ਆਇਆ ਤੁਹਾਡੇ ਕੋਲ? ਕੰਪਲੇਟਡ ਹੁਣ ਆ ਰਹੇ ਆ, ਜੋ ਵੀ ਕਹਿਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।